ਹੁਣ ਨਾ ਇਹਨਾਂ ਨੂੰ ਅੱਧੀ ਰਾਤ ਨੂੰ ਕੋਈ ਬੋਲ ਬੂਲ ਦਿਖੇ ਵੀ ਇਹ ਜੌਰਕਰ ਪਏਗੀ, ਇਹ ਫੁੱਲ ਟੌਸ ਹੈ, ਇਹਨਾਂ ਨੂੰ ਤਾਂ ਕੱਲੀਆਂ ਬਾਉਂਸਰਾਂ ਦੀਦੀਆਂ ਨੇ ਜਿਹੜੀਆਂ ਹੈਲਮਟ ਤੋਂ ਤਾਹਾਂ ਜਾਂਦੀਆਂ ਵੀ ਬੋਲ ਪਏਗੀ। ਓਵਰ ਹੋਏ ਲਈ ਪਤਾ ਲੱਗਦਾ ਪੈਪਸੀ ਵਾਲੀਆਂ ਬੋਤਲਾਂ 'ਚ ਪਾਈ ਫਿਰਦੇ ਹੁੰਦੇ। ਜਮਾਂ ਜੱਗੋ 13ਵੀਂ ਤਾਂ ਉਦੋਂ ਹੋ ਗਈ ਜਦੋਂ ਲਾਹਣ ਦਾ ਇਹਨੂੰ ਥੋੜ੍ਹਾ ਨਸ਼ਾ ਹੋਰ ਹੋ ਗਿਆ। ਮੈਨੂੰ ਕਹਿੰਦਾ ਪ੍ਰਧਾਨ ਮੇਰੇ ਵੱਲੋਂ 1100 ਰੁਪਇਆ ਬੁਲਾ ਕੇ ਆ ਛੇ ਸਿੱਕਿਆਂ ਤੇ। ਮੈਂ ਕਿਹਾ ਵੀਰੇ ਗਗਨੇ ਇਹ ਨਾ IPL ਚੱਲਦਾ, ਚੀਮੇ ਜੋਧਪੁਰ ਵਾਲਾ ਕੱਪ ਨੀ ਹੈਗਾ ਵੀ ਚਲੋ ਥੋੜਾ ਜਿਹਾ ਨਜ਼ਾਰਾ ਆਉਣ ਲੱਗਿਆ ਮੈਚ ਦੇਖੇ ਨੇ। ਭੈਣ ਨੇ ਪਊਆ ਪਰੇਡ ਹੋਰ ਕਰਤੀ, ਪੈਪਸੀ ਦੀਆਂ 4 ਕੁ ਘੁੱਟਾਂ ਹੋਰ ਮਾਰੀਆਂ ਜਦੋਂ ਅੰਦਰ, ਜਦੋਂ ਪੰਜਾਬ ਵਾਲੇ ਕੁੱਟਣ ਜੇ ਲਾ ਕੇ ਮੈਨੂੰ ਕਹਿੰਦਾ ਮੈਂ ਲਾਰਮ ਜਾ ਵਜਾ ਕੇ ਆਉਣਾ ਜਿਹੜਾ IPL ਵਾਲਾ, ਕਹਿੰਦਾ ਦੱਸ ਇਹਨਾਂ ਦਾ ਟਰੱਕ ਜਾ ਕਿੱਥੇ ਖੜਾ ਲੈ ਕੇ ਚੱਲ। ਮੈਨੂੰ ਤਾਂ ਲੱਗ ਗਿਆ ਸੀ ਪਤਾ, ਮੈਂ ਕਿਹਾ ਵੀ ਮੈਂ ਤੇਰਾ ਵੱਢ ਪਵਾਊ। ਮੈਂ ਕਿਹਾ ਗਗਨੇ ਵੀ ਉੱਥੇ ਨੀ ਵੀਰੇ ਆਪਾਂ ਨੂੰ ਜਾਣ ਦੇਣਾ, ਉੱਥੇ ਤਾਂ ਸੱਚਣ ਸੁੱਚਣ ਕੇ ਘਰ ਦੇ ਬਹਿੰਦੇ ਹੋਣਗੇ ਮੈਨੂੰ ਲੱਗਦਾ। ਮੈਨੂੰ ਕਹਿੰਦਾ ਮੀਤ ਤੋਂ ਕਹਾ ਦੇ, ਕਹਿੰਦਾ ਆਪਾਂ ਵੋਟਾਂ ਪਾਈਆਂ ਠੋਕ ਕੇ। ਮੈਂ ਕਿਹਾ ਯਾਰ ਬਾਈ ਵੋਟਾਂ ਤਾਂ ਤੁਸੀਂ ਸੀਵਰੇਜ ਕਰਕੇ ਪਾਈਆਂ ਹੋਣਗੀਆਂ ਕਿ ਦਰਾਵੜ ਹੋਰਾਂ ਨਾਲ ਰੋਟੀ ਖਾਣ ਦੀਆਂ ਪਾਈਆਂ ਸੀ। ਸੋ ਚਲੋ ਇਹ ਵੀ ਮੈਂ ਕਿਤੇ ਨਾ ਕਿਤੇ ਝੱਲ ਗਿਆ ਵੀ ਕੋਈ ਚੱਕਰ।